हमदर्द टीवी देखने वाले सारे दर्शकों का स्वागत है प्रोग्राम खास मुलाकात में। मैं हां तरनजीत कौर घुमण हाजरा जी लेके तुहाडा अपना प्रोग्राम। दोस्तों सारे जानते हैं कि कबड्डी खेड हुण सिर्फ पंजाब तक ही सीमित नहीं रही है, दुनिया के कोने कोने दे विच हुण रेडां पैंदियां ने। अजिहे दे विच ब्रैम्पटन दे विखे भी तुहानूं दस दईए कि 26वां ओंटारियो कबड्डी कप होण जा रहा है। इहदे बारे विच असीं तुहानूं पूरी जानकारी देवांगे। नाल ही कबड्डी कैनेडा दे विच लिआंदी गई है, किन्नियां क टीम्स इस वारी आ रहियां ने ते किहड़े किहड़े इस वक्त चोटी दे रेडर जिहड़े होणगे जाफी होणगे उहदे बारे आपां गल्लबात करांगे। तुहाडा कोई भी सवाल हैगा या कुछ भी पुछना चाहुंदे हो, टिकट्स बारे जानकारी लैणा चाहुंदे हो, सानूं नीचे कमेंट कर सकदे हो, बाकी पूरी जानकारी भी तुहानूं देवांगे। सो मैट्रो पंजाबी स्पोर्ट्स क्लब तों साडे नाल मौजूद ने जी बलराज चीमा जी ते मलकीत देओ जी, बहुत बहुत स्वागत है तुहाडे दोवां दा। धन्नवाद जी, सत श्री अकाल सारिआं नूं। की हाल चाल सर? ठीक है जी, बहुत वधिया। कबड्डी की जो गल आउंदी है ना, कहिंदे कि पंजाब दे खेतां तक या पंजाब तक ही सीमित नहीं रहेगी, हुण तां बहुत दुनिया दा जिहड़े कोने च पंजाबी वस गई उत्थे उत्थे कबड्डी चलेगी जी। मैट्रो पंजाबी क्लब की गल करिए, काफी लंबे समय तों उपराला कर रहा, थोड़ी जी पहला क्लब दे बारे विच जानकारी दिओ, मैट्रो दे बारे विच, मैट्रो पंजाबी क्लब है जिहड़ा तुहाडा। हाँ जी, सबचे जी कप जिहड़ा क्लब आ इह ਆਲਮੋਸਟ 78 ਤੋਂ ਚੱਲਦਾ ਆ ਰਿਹਾ ਜੀ। 1978 ਤੋਂ ਪਹਿਲਾਂ ਡਿਫਰੈਂਟ ਨਾਮ 'ਤੇ ਸੀਗਾ ਜੀ, ਫਿਰ ਉਸ ਤੋਂ ਮਗਰੋਂ ਅਸੀਂ ਇਹਨੂੰ ਰੈਕਸਟੇਲ ਸਪੋਰਟਸ ਕਲੱਬ ਰੱਖਿਆ। ਰੈਕਸਟੇਲ ਸਪੋਰਟਸ ਕਲੱਬ ਤੋਂ ਮੁੜ ਕੇ ਚੇਂਜ ਕਰਕੇ 1991 ਦੇ ਵਿੱਚ ਜਦੋਂ ਕਬੱਡੀ ਕੈਨੇਡਾ ਕੱਪ ਪਹਿਲਾ ਵਰਸਿਟੀ ਸਟੇਡੀਅਮ ਦੇ ਵਿੱਚ ਹੋਇਆ, ਅਸੀਂ 1990 ਵਿੱਚ ਇਸ ਨੂੰ ਫੋਰਮ ਕਰਕੇ ਮੈਟਰੋ ਪੰਜਾਬੀ ਸਪੋਰਟਸ ਕਲੱਬ ਇਹਦਾ ਨਾਂ ਚੇਂਜ ਕੀਤਾ। ਸੋ ਫਰੋਮ 1991 ਤੋਂ ਅੱਜ ਤੱਕ ਇਸੇ ਨਾਮ ਦੇ ਥੱਲੇ ਇਹ ਕਲੱਬ ਚੱਲ ਰਹੀ ਆ। ਸੋ ਬਹੁਤ ਹੀ ਵਧੀਆ ਵਧੀਆ ਪਲੇਅਰ ਇੰਡੀਆ ਤੋਂ ਲਿਆਂਦੇ ਆ, ਸੋ ਇੱਥੇ ਬਹੁਤ ਪਲੇਅਰ ਸੈੱਟ ਵੀ ਹੋਏ ਆ। ਸੋ ਇਹ ਮੈਟਰੋ ਪੰਜਾਬੀ ਸਪੋਰਟਸ ਕਲੱਬ ਵੈਸੇ ਕਬੱਡੀ ਨੂੰ ਸਮਰਪਿਤ ਆ। ਮੇਰਾ ਖਿਆਲ ਆ ਬਈ ਮੈਂ ਜੇ ਨਹੀਂ ਭੁੱਲਦਾ, ਨੌਰਥ ਅਮੈਰੀਕਾ ਦੀ ਇਹ ਪਹਿਲੀ ਇੱਡੀ ਵੱਡੀ ਕਲੱਬ ਹੈ ਜਿਹੜੀ ਇੰਨੇ ਸਮੇਂ ਤੋਂ ਲਗਾਤਾਰ ਕਬੱਡੀ ਦੀ ਟੀਮ ਵੀ ਬਣਦੀ ਆ ਹਰ ਸਾਲ, ਅਤੇ ਕਬੱਡੀ ਟੂਰਨਾਮੈਂਟ ਵੀ ਕਰਾਉਂਦੇ ਆ ਜੀ ਹਰ ਸਾਲ। ਸੋ ਕਲੱਬ ਦੀ ਆਪਣੀ ਟੀਮ ਵੀ ਹੁੰਦੀ ਹੈ? ਹਾਂਜੀ ਬਿਲਕੁਲ, ਸਾਡੀ ਆਪਣੀ ਟੀਮ ਹੁੰਦੀ ਹੈ ਜੀ। ਤੇ ਜਦੋਂ ਤੁਸੀਂ ਟੀਮ ਦੀ ਗੱਲ ਕਰਦੇ ਹੋ ਤੇ ਵੱਖ ਵੱਖ ਦੇਸ਼ਾਂ ਤੋਂ ਟੀਮਾਂ ਦੀ ਗੱਲ ਹੁੰਦੀ ਹੈ, ਤਾਂ ਟੀਮਾਂ ਦੀ ਚੋਣ ਕਿਸ ਤਰੀਕੇ ਨਾਲ ਹੁੰਦੀ ਹੈ ਕਿ ਵੀ ਇਹ ਇਹ ਮੁਲਕ ਤੋਂ ਟੀਮਾਂ ਆਉਣਗੀਆਂ ਜਾਂ ਉਹਨਾਂ ਬੰਨਿਓਂ ਕੋਈ ਇਨਵੀਟੇਸ਼ਨ ਦੇ ਬਾਰੇ ਕੋਈ ਗੱਲਬਾਤ ਹੁੰਦੀ ਹੈ? ਉਹ ਇਸ ਤਰ੍ਹਾਂ ਜੀ, ਜਿਹੜਾ ਕਬੱਡੀ ਕੈਨੇਡਾ ਕੱਪ ਆ, ਇਹ ਦੋ ਡਿਫਰੈਂਟ ਚੀਜ਼ਾਂ ਜੀ। ਇਹ ਜਿਹੜਾ ਅਸੀਂ ਕਰਾ ਰਹੇ ਹਾਂ ਕਿ ਇਹ ਅੰਟਾਰੀਓ ਕਬੱਡੀ ਕੱਪ ਆ, ਹਾਂਜੀ, ਇਹਦੇ ਵਿੱਚ ਜਿਹੜੀਆਂ ਸਾਰੀਆਂ ਟੀਮਾਂ ਆ ਉਹ ਇੱਥੇ ਟਾਂਟੋ ਦੀਆਂ ਟੀਮਾਂ, ਪਲੇਅਰ ਸਾਰੇ ਬਾਹਰੋਂ ਹੁੰਦੇ ਆ, ਪਰ ਇਹ ਟਾਂਟੋ ਦੀਆਂ ਮਤਲਬ ਇਸ ਟਾਈਮ 7 ਕਲੱਬਾਂ ਆ ਜੀ ਜਿਨ੍ਹਾਂ ਨੇ ਆਪੋ ਆਪਣੀਆਂ ਟੀਮਾਂ ਰਿਫੋਰਮ ਕਰਨੀਆਂ ਆ। ਸੋ ਇਹਦੇ ਵਿੱਚ ਬਾਹਰੋਂ ਨਹੀਂ ਮੰਗਵਾਉਂਦੇ ਜੀ, ਪਲੇਅਰ ਸਾਰੇ ਬਾਹਰਲੇ ਹੁੰਦੇ ਆ, ਕਿਉਂਕਿ ਇੱਥੋਂ ਤੁਹਾਨੂੰ ਪਤਾ ਲੋਕਲ ਪਲੇਅਰ ਹੋਣੇ ਇੱਡੇ ਹੈ ਨਹੀਂ ਗੇ। ਸੋ ਜੋ ਕਬੱਡੀ ਕੈਨੇਡਾ ਕੱਪ ਹੁੰਦਾ ਉਹਦੇ ਵਿੱਚ ਬਾਹਰਲੇ ਮੁਲਕਾਂ ਦੀਆਂ ਟੀਮਾਂ ਸੱਦੀਆਂ ਜਾਂਦੀਆਂ। ਸੋ ਇਸ ਕਰਕੇ ਇੱਥੇ ਦੇ ਲੋਕਲ ਕਲੱਬਾਂ ਨੇ ਇਹ ਟੀਮਾਂ ਬਣਾਈਆਂ ਆ, ਅਤੇ 7 ਟੀਮਾਂ ਆ, 7 ਟੀਮਾਂ ਇੱਕ ਦੂਜੇ ਤੋਂ ਉੱਪਰ ਆ ਜੀ। ਬਹੁਤ ਹੀ ਮਹਿੰਗੇ ਬਜਟ ਵਾਲੀ ਕਬੱਡੀ ਟੋਰਾਂਟੋ ਵਿੱਚ ਹੋਣ ਜਾ ਰਹੀ ਹੈ ਕਿ। ਸੋ ਸਾਰੇ ਸਟਾਰ ਪਲੇਅਰ ਦੁਨੀਆ ਦੇ ਇਹਨਾਂ ਗਰਾਊਂਡਾਂ ਵਿੱਚ ਖੇਡਣਗੇ 3 ਤਰੀਕ ਨੂੰ। ਇਹ ਕਬੱਡੀ ਕੈਨੇਡਾ ਜਿਹੜਾ ਅੰਟਾਰੀਓ ਕਬੱਡੀ ਕੱਪ ਆ, ਇਹ 3 ਜੂਨ ਨੂੰ, ਇਹ ਅੰਟਾਰੀਓ ਸੀਜ਼ਨ ਦੀ ਸ਼ੁਰੂਆਤ ਆ ਕਬੱਡੀ ਦੀ। ਮੋਸਟ ਲਾਈਕਲੀ ਪਿਛਲੇ ਸਾਰੇ ਆਮ ਸਾਲਾਂ ਦੇ ਵਿੱਚ 1-2 ਸਾਲਾਂ ਨੂੰ ਛੱਡ ਕੇ ਪਹਿਲਾ ਟੂਰਨਾਮੈਂਟ ਹਮੇਸ਼ਾ ਹੀ ਮੈਟਰੋ ਪੰਜਾਬੀ ਸਪੋਰਟਸ ਕਲੱਬ ਨੇ ਕਰਵਾਇਆ, ਜੋ ਸੀਜ਼ਨ ਦਾ ਟੂਰਨਾਮੈਂਟ ਹੁੰਦਾ ਜੀ। ਸੋ ਇਸ ਵਾਰ ਫਿਰ ਸਾਨੂੰ ਜ਼ਿੰਮੇਵਾਰੀ ਮਿਲੀ ਆ, ਅਤੇ ਅਸੀਂ ਆਪਣੀ ਪੂਰੀ ਵਾਹ ਲਾ ਰਹੇ ਹਾਂ ਵੀ ਇਸ ਨੂੰ ਵਧੀਆ ਤੋਂ ਵਧੀਆ ਇਹ ਮੈਚ ਹੋਣ, ਪ੍ਰਬੰਧ ਬੈਠਣ ਵਾਸਤੇ ਜਿਹੜੇ ਸਾਡੇ ਸਤਿਕਾਰਯੋਗ ਸਾਡੇ ਸਪੋਂਸਰ ਆ ਜਾਂ ਸਾਡੇ ਗੈਸਟ ਆ, ਉਹਨਾਂ ਸਾਰਿਆਂ ਦਾ ਮਾਣ ਤਾਣ ਕੀਤਾ ਜਾਵੇ, ਅਤੇ ਵਧੀਆ ਕਬੱਡੀ ਦੇਖਣ ਨੂੰ ਮਿਲੂਗੀ। ਅਸੀਂ ਸਾਰੇ ਜਿੰਨੇ ਆਪਣੇ ਹੈਗੇ ਆ, ਸੁਣਦੇ ਆ, ਦੇਖਦੇ TV ਕਬੱਡੀ ਦੇ ਚਾਹਵਾਨ ਜਿਹੜੇ ਕਬੱਡੀ ਦੇ ਪ੍ਰੇਮੀ ਆ, ਅਸੀਂ ਉਹਨਾਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਹੁੰਮ ਹੁਮਾ ਕੇ 3 ਜੂਨ ਨੂੰ ਜੋ ਪਾਵਰ ਏਡ ਸੈਂਟਰ ਆ, CA ਆਉਣ ਦਾ ਨਾਂ ਆ ਜੀ, CA, ਉੱਥੇ ਸਵੇਰੇ 11 ਵਜੇ ਪਹੁੰਚਣ, ਤਾਂ ਕਿ ਜਿਹੜੀ ਕਬੱਡੀ ਦਾ ਪਹਿਲਾ ਟੂਰਨਾਮੈਂਟ ਸ਼ੁਰੂ ਹੋ ਰਿਹਾ ਅੰਟਾਰੀਓ ਦਾ, ਉਹਦੇ ਵਿੱਚ ਸ਼ਿਰਕਤ ਕਰਨ ਅਤੇ ਰੌਣਕਾਂ ਨੂੰ ਵਧਾਉਣ 'ਚ। ਬਲਰਾਜ ਜੀ, ਮੈਂ ਵੀ ਸੁਣਿਆ ਕਿ ਇਸ ਵਾਰੀ ਖਾਸ ਤੌਰ 'ਤੇ ਇਹ ਟੂਰਨਾਮੈਂਟ ਡੈਡੀਕੇਟ ਕੀਤਾ ਜਾ ਰਿਹਾ, ਸੋ ਇਹ ਵੀ ਦੱਸਿਓ ਕਿ ਇਸ ਵਾਰੀ ਡੈਡੀਕੇਟ ਕਿਹਨਾਂ ਨੂੰ ਕੀਤਾ ਜਾ ਰਿਹਾ ਅਤੇ ਇਹ ਖਾਸ ਉਪਰਾਲਾ ਜਾਂ ਇਹ ਖਾਸ ਕਿਹਨੇ ਸੋਚਿਆ ਕਿ ਵੀ ਇਸ ਵਾਰੀ ਟੂਰਨਾਮੈਂਟ ਡੈਡੀਕੇਟ ਕੀਤਾ ਜਾਵੇ? ਤਾਂ ਜੀ, ਜਿੱਦਾਂ ਪਹਿਲਾਂ ਤੋਂ ਹੀ ਆਪਣਾ ਇਹ ਜਿਹੜਾ ਜੂਨ ਦੇ ਪਹਿਲੇ ਹਫ਼ਤੇ ਆਪਣਾ ਮੋਸਟਲੀ ਮੈਟਰੋ ਪੰਜਾਬੀ ਸਪੋਰਟਸ ਕਲੱਬ ਦਾ ਜਿਹੜਾ ਟੂਰਨਾਮੈਂਟ ਆ ਉਹ ਜੂਨ ਦੇ ਪਹਿਲੇ ਸੈਟਰਡੇ ਜਾਂ ਸੰਡੇ ਹੁੰਦਾ। ਸੋ ਇਹ ਆਪਣਾ ਹਮੇਸ਼ਾ ਹੀ 1984 ਅਤੇ ਸਮੂਹ ਸਿੱਖ ਸ਼ਹੀਦਾਂ ਨੂੰ ਅਤੇ ਨਾਲ ਦੀ ਨਾਲ ਜਿੱਦਾਂ ਪਿਛਲੇ ਸਾਲ ਆਪਣੇ ਤੋਂ ਆਪਣਾ ਵੀਰ ਜਿਹੜਾ ਸੰਦੀਪ ਨੰਗਲਾਂ ਵੀ ਵਿਛੜ ਗਿਆ ਸੀ ਉਹਨੂੰ ਸਮਰਪਿਤ ਕਰ ਰਹੇ ਹਾਂ, ਅਤੇ ਜਿਹੜਾ ਸਮੂਹ ਸ਼ਹੀਦਾਂ ਨੂੰ ਤਾਂ ਹਮੇਸ਼ਾ ਹੀ ਆਪਣਾ
ਟੂਰਨਾਮੈਂਟ ਹੈ ਜਿਹੜਾ ਉਹ ਸਮਰਪਿਤ ਹੁੰਦਾ ਹੀ ਹੈ ਜੀ ਜੀ ਸੋ ਜਿਵੇਂ ਤੁਸੀਂ ਕਿਹਾ ਕਿ ਸੰਦੀਪ ਨੰਗਲ ਅੰਬੀਆਂ ਇੱਕ ਬਹੁਤ ਵੱਡਾ ਨਾਮ ਹੈ ਪੰਜਾਬੀ ਕਬੱਡੀ ਐਸੋਸੀਏਸ਼ਨ ਦੀ ਗੱਲ ਕੀਤੀ ਜਾਵੇ ਕਬੱਡੀ ਦੇ ਪਲੇਅਰਸ ਦੀ ਜਦੋਂ ਗੱਲ ਆਉਂਦੀ ਆ ਅਕਸਰ ਕੁਝ ਨਾਮ ਇਹੋ ਜਿਹੇ ਜੁੜ ਜਾਂਦੇ ਆ ਕਿ ਜੋ ਕਿ ਸਪੋਰਟਸ ਨੂੰ ਵੀ ਧੁੰਦਲਾ ਕਰਨ ਦੀ ਕੋਸ਼ਿਸ਼ ਕਰਦੇ ਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਕਿਉਂਕਿ ਪਿੱਛੇ ਜੇ ਕੁਝ ਇਹੋ ਜਿਹੇ ਹਾਦਸੇ ਹੋਏ ਸੰਦੀਪ ਨੰਗਲ ਅੰਬੀਆਂ ਇੱਕ ਐਗਜ਼ਾਮਪਲ ਹੈ ਜੀ ਤੋਂ ਬਾਅਦ ਕਈ ਵਾਰੀ ਪਰਿਵਾਰ ਵੀ ਡਰ ਜਾਂਦੇ ਆ ਕਿ ਬੱਚਿਆਂ ਨੂੰ ਅਸੀਂ ਕਬੱਡੀ ਖੇਡ ਚ ਪਾਈਏ ਜਾਂ ਨਾ ਪਾਈਏ ਜੀ ਇਹ ਬਹੁਤ ਹੀ ਮੰਦਭਾਗੀ ਘਟਨਾ ਸੀਗੀ ਜਿਹੜੀ ਸੰਦੀਪ ਦੇ ਨਾਲ ਹੋਈ ਆ ਕਿਉਂਕਿ ਉਹ ਸਾਡੇ ਕਲੱਬ ਦਾ ਕੈਪਟਨ ਸੀਗਾ ਜੀ ਅਤੇ ਸਾਡੇ ਨਾਲ ਬਹੁਤ ਬਹਿਣੀ ਉੱਠਣੀ ਜਾਂ ਕਹਿ ਲਓ ਕਿ ਬੋਲਚਾਲ ਬਹੁਤ ਸੀਗੀ ਸਪੈਸ਼ਲੀ ਭਾਅ ਜੀ ਮਲਕੀਤ ਉਹਨਾਂ ਦੇ ਨਾਲ ਤਾਂ ਮਤਲਬ 24 ਘੰਟੇ ਹੁੰਦਾ ਸੀਗਾ ਸੋ ਸਾਨੂੰ ਤਾਂ ਇੱਦਾਂ ਦਾ ਕੁਛ ਲੱਗਦਾ ਨਹੀਂ ਕਿ ਉਹਦੀ ਇੱਥੇ ਤੱਕ ਨੌਬਤ ਆਉਂਦੀ ਕਿ ਉਹਦਾ ਮਰਡਰ ਕਰ ਦਿੱਤਾ ਜਾਂਦਾ ਸੋ ਬਾਕੀ ਬਹੁਤ ਹੀ ਮੰਦਭਾਗਾ ਹੈ ਜੀ ਇਹ ਨਹੀਂ ਹੋਣਾ ਚਾਹੀਦਾ ਇਹ ਕਿਸੇ ਵੀ ਪਲੇਅਰ ਦੇ ਨਾਲ ਨਹੀਂ ਹੋਣਾ ਚਾਹੀਦਾ ਇਹ ਨਹੀਂ ਕਿ ਸੰਦੀਪ ਕਿਸੇ ਵੀ ਪਲੇਅਰ ਦੇ ਨਾਲ ਇਹ ਨਹੀਂ ਹੋਣਾ ਚਾਹੀਦਾ ਖੇਡ ਨੂੰ ਖੇਡ ਤੱਕ ਹੀ ਸੀਮਤ ਰੱਖਣਾ ਚਾਹੀਦਾ ਉਹਨੂੰ ਪਰਸਨਲ ਰੰਜਿਸ਼ ਨਹੀਂ ਲਿਆ ਕੇ ਜਾਣਾ ਚਾਹੀਦਾ ਜੀ ਤੁਸੀਂ ਸੰਦੀਪ ਦੇ ਨਾਲ ਜਿਵੇਂ ਇਹਨਾਂ ਨੇ ਦੱਸਿਆ ਕਿ ਕਾਫੀ ਸਮਾਂ ਬਿਤਾਇਆ ਆਮ ਤੌਰ ਤੇ ਜੇ ਆਪਾਂ ਗੱਲ ਕਰੀਏ ਕਿਸ ਤਰੀਕੇ ਦੇ ਪਰਸਨ ਸੀ ਉਹ ਬਹੁਤ ਹੀ ਵਧੀਆ ਇਨਸਾਨ ਸੀ ਜੀ ਕਿਉਂਕਿ ਅਸੀਂ ਬਹੁਤ ਪਲੇਅਰਾਂ ਦਾ ਸਾਡਾ ਵਾਹ ਪਿਆ ਜੀ ਹੁਣ ਤੱਕ ਇੰਨੇ ਸਾਲਾਂ ਦੇ ਵਿੱਚ ਸਾਰੀ ਜ਼ਿੰਦਗੀ ਲੰਘ ਗਈ ਹੈ ਜੀ ਪਰ ਜੋ ਸਾਡਾ ਸੰਦੀਪ ਦੇ ਨਾਲ ਐਕਸਪੀਰੀਅੰਸ ਹੋਇਆ ਮੇਰਾ ਪਰਸਨਲ ਤੌਰ ਤੇ ਔਰ ਸਾਡੀ ਕਲੱਬ ਦਾ ਇਹ ਇਸ ਤਰ੍ਹਾਂ ਦਾ ਕਿ ਇਹ ਪਲੇਅਰ ਇਦਾਂ ਦਾ ਜੀ ਇੱਕ ਪਾਸੇ ਇੱਕ ਨੇ ਇੱਥੇ ਟੂਰਨਾਮੈਂਟ ਖੇਡਣਾ ਸੀ ਕਬੱਡੀ ਕੈਨੇਡਾ ਕੱਪ ਅਸੀਂ ਇਹਨੂੰ $5,000 ਉਸ ਟੂਰਨਾਮੈਂਟ ਦਾ ਦੇਣਾ ਸੀ ਅੰਟਾਰੀਓ ਵਾਲਿਆਂ ਨੇ ਪਰ ਜੋ ਇੰਗਲੈਂਡ ਦੀ ਫੈਡਰੇਸ਼ਨ ਸੀ ਉਹਨਾਂ ਨੇ ਆ ਕੇ ਪੈਸੇ ਦੇ ਜ਼ੋਰ 'ਤੇ ਇਹਨੂੰ ਖਰੀਦਣ ਦੀ ਟਰਾਈ ਕੀਤੀ ਉਹਨਾਂ ਨੇ £8,000 ਇਹਦੇ ਮੂਹਰੇ ਰੱਖਤਾ ਸੀ ਕੈਸ਼ ਵੀ ਤੂੰ ਸਾਡੇ ਵੱਲ ਖੇਡ ਪਰ ਇਹ ਇੱਦਾਂ ਦਾ ਇਨਸਾਨ ਸੀ ਕਿ ਇਹਨੇ ਪੈਸੇ ਚੱਕ ਕੇ ਉਹਨਾਂ ਦੀ ਝੋਲੀ 'ਚ ਪਾ ਦਿੱਤੇ ਔਰ ਸਾਡੇ ਕੋਲ ਇੱਕ ਵੀ ਪੈਸਾ ਵੱਧ ਨਹੀਂ ਮੰਗਿਆ ਕਿੱਥੇ ਉਹਦੀ ਉਸ ਟਾਈਮ ਕੀਮਤ $14,000 ਬਣਦੀ ਸੀ ਪਰ ਉਹ ਸਾਡੇ ਲਈ $5,000 ਨੂੰ ਖੇਡਿਆ ਇੰਨਾ ਵਧੀਆ ਇਨਸਾਨ ਸੀਗਾ ਨਹੀਂ ਤਾਂ ਕੁਛ ਪਲੇਅਰ ਇੱਦਾਂ ਦੇ ਜੀ $100 ਜਾਂ $200 ਜਾਂ $500 ਦੇ ਮਗਰ ਉਹ ਨਾ ਦੂਏ ਨੂੰ ਹਜ਼ਾਰ ਹੀ ਦੱਸਦੇ ਵੱਧ ਮਿਲਦਾ ਤਾਂ ਚੱਲ ਜਾਂਦੇ ਆ ਸੋ ਬਹੁਤ ਹੀ ਵਧੀਆ ਇਨਸਾਨ ਸੀ ਮਿਲਣਸਾਰ ਸੀ ਜੋ ਉਹਨੇ ਕਹਿਤਾ ਉਹ 'ਤੇ ਖੜਦਾ ਸੀ ਇਸ ਤਰ੍ਹਾਂ ਨਹੀਂ ਵੀ ਅੱਜ ਕੁਛ ਕਹਿਤਾ ਸਵੇਰ ਨੂੰ ਕੁਛ ਕਹਿਤਾ ਤਕਾਲਾ ਨੂੰ ਕੁਛ ਕਹਿਤਾ ਇੱਦਾਂ ਦਾ ਨਹੀਂ ਬਹੁਤ ਵਧੀਆ ਇਨਸਾਨ ਸੀ ਜੀ ਆਮ ਤੌਰ ਤੇ ਕਹਿੰਦੇ ਇੱਕ ਸਪੋਰਟਸ ਪਰਸਨ ਦੀ ਲਾਈਫ 'ਚ ਡਿਸਿਪਲਿਨ ਹੋਣਾ ਬਹੁਤ ਜ਼ਰੂਰੀ ਹੈ ਜੇ ਮੈਂ ਕਬੱਡੀ ਪਲੇਅਰਸ ਦੀ ਗੱਲ ਕਰਾਂ ਤੁਸੀਂ ਤਾਂ ਖੁਦ ਮੈਂਬਰ ਹੋ ਕਬੱਡੀ ਕਲੱਬ ਦੇ ਸੋ ਕਿੰਨਾ ਕੁ ਡਿਸਿਪਲਿਨ ਕਬੱਡੀ ਦੀਆਂ ਟੀਮਸ ਦੇ ਵਿੱਚ ਹੁੰਦਾ ਜਾਂ ਪਲੇਅਰਸ ਦੇ ਵਿੱਚ ਹੁੰਦਾ ਆ ਜੀ ਡਿਸਿਪਲਿਨ ਤਾਂ ਤੁਹਾਨੂੰ ਪਤਾ ਲਾਈਫ ਦੇ ਵਿੱਚ ਤਾਂ ਰੱਖਣਾ ਹੀ ਚਾਹੀਦਾ ਆ ਪਰ ਨਾਲ ਦੀ ਨਾਲ ਕਬੱਡੀ ਦੇ ਵਿੱਚ ਵੀ ਕਾਫੀ ਡਿਸਿਪਲਿਨ ਆ ਪਲੇਅਰਸ ਦੇ ਜਿਹੜੇ ਉਹਨਾਂ ਨੂੰ ਕਿਉਂਕਿ ਪਹਿਲਾਂ ਹੁੰਦੀ ਸੀ ਕਬੱਡੀ ਕਿ ਆਪਾਂ ਉਹਨਾਂ ਨੂੰ ਨਾ ਖੇਤਾਂ ਵਾਲੀ ਗੇਮ ਹੀ ਸਮਝਦੇ ਸੀਗੇ ਜੀ ਹੁਣ ਤਾਂ ਉਹ ਪ੍ਰੋਫੈਸ਼ਨਲ ਲੈਵਲ ਤੇ ਪਹੁੰਚ ਗਈ ਆ ਸੋ ਪਲੇਅਰ ਵੀ ਆਪਣਾ ਡਾਇਟ ਦਾ ਵੀ ਹਰ ਚੀਜ਼ ਦਾ ਡਿਸਿਪਲਿਨ ਰੱਖ ਰਿਹਾ ਆਪਣੀ ਐਕਸਰਸਾਈਜ਼ ਦਾ ਵੀ ਸੋ ਵਧੀਆ ਹੈ ਬਹੁਤ ਵਧੀਆ ਕਬੱਡੀ ਚੱਲ ਰਹੀ ਹੈ ਅੱਜ ਕੱਲ੍ਹ ਦੇ ਵਿੱਚ ਜੀ ਕਬੱਡੀ ਤੇ ਡਰੱਗਸ ਨੂੰ ਵੀ ਅਕਸਰ ਨਾਲ ਮਿਲ ਕੇ ਦੇਖਿਆ ਜਾਂਦਾ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਡਰੱਗ ਹੈ ਵੈਸੇ ਮੈਂ ਆਲਵੇਜ਼ ਕਹਿੰਦਾ ਹੁੰਦਾ ਕਿ ਡਰੱਗ ਵਿੱਚ ਨਾ ਦੇ ਦਿੱਤਾ ਜਾਂਦਾ ਐਕਚੁਅਲੀ ਹੁੰਦੇ ਆ ਸਟੀਰੋਇਡ ਸਬਸਟੈਂਸ ਹੁੰਦੇ ਆ ਮਤਲਬ ਉਹਨੂੰ ਅਸੀਂ ਇਹੋ ਜਿਹਾ ਕਹੂਆ ਬਣਾ ਦਿੱਤਾ ਕਿ ਪਤਾ ਨਹੀਂ ਇਹ ਕਿੰਨੀ ਕੁ ਭੈੜੀ ਚੀਜ਼ ਕਰ ਰਹੇ ਆ ਹਾਂ ਠੀਕ ਹੈ ਪਰ ਇੱਦਾਂ ਵੀ ਨਹੀਂ ਕਹਿੰਦੇ ਅਸੀਂ ਵੀ ਕਬੱਡੀ ਬਹੁਤ ਕਲੀਨ ਆ ਹੋਊਗੇ ਕੁਛ ਪਲੇਅਰ ਹੋਊਗੇ ਪਰ ਅਸੀਂ ਆਪਣੀ ਨਿਗਾਹ ਦੇ ਨਾਲ ਮੈਂ ਅੱਜ ਤੱਕ ਕੋਈ ਪਲੇਅਰ ਨਹੀਂ ਦੇਖਿਆ ਜਿਹੜਾ ਕੋਈ ਇੱਦਾਂ ਦਾ ਕੋਈ ਡਰੱਗ ਵਾਲਾ ਕਰਦਾ ਹੋਵੇ ਜਦੋਂ ਪਲੇਅਰ ਨੂੰ ਇੰਜਰੀ ਆਉਂਦੀ ਆ ਉਹਨੂੰ ਮੁੜ ਕੇ ਦੁਬਾਰਾ ਫਿੱਟ ਹੋਣ ਲਈ ਉਹਨੂੰ ਡਾਕਟਰ ਸਟੀਰੋਇਡ ਲਾਉਂਦੇ ਆ ਪਰ ਉਹਦੇ ਲਈ ਅਸੀਂ ਕੀ ਆ ਕਿ ਅਸੀਂ ਸਾਰਿਆਂ ਨੇ ਐਡਾ ਵੱਡਾ ਹੋਊਗਾ ਬਣਾ ਦਿੱਤਾ ਕਿ ਬਹੁਤ ਭੈੜੀ ਚੀਜ਼ ਹੈ ਬਹੁਤ ਭੈੜੀ ਚੀਜ਼ ਆ ਰਾਦਰ ਦੈਨ ਕਿ ਅਸੀਂ ਪਲੇਅਰਾਂ ਨੂੰ ਐਜੂਕੇਟ ਕਰੀਏ ਕਿ ਇਹਦੇ ਨੁਕਸਾਨ ਕੀ ਆ ਅਤੇ ਇਹ ਜੇ ਤੁਸੀਂ ਮਤਲਬ ਤੁਹਾਡੇ ਕੋਈ ਇੰਜਰੀ ਆਈ ਹੋਈ ਹੈ ਤੁਸੀਂ ਡਾਕਟਰ ਦੀ ਸਲਾਹ ਦੇ ਨਾਲ ਲਓ ਸੋ ਉਸ ਚੀਜ਼ ਵੱਲ ਨਹੀਂ ਅਸੀਂ ਜਾਂਦੇ ਅਸੀਂ ਸਿਰਫ ਉਹ ਚਿੱਕੜ ਸੁੱਟਣ ਵਾਲੀ ਗੱਲ ਕਰਦੇ ਹਾਂ ਸੋ ਸਾਰੇ ਰਲ ਮਿਲ ਕੇ ਕਬੱਡੀ ਨੂੰ ਕਲੀਨ ਕਰਨਾ ਚਾਹੀਦਾ ਜਿਹੜਾ ਜੋ ਕੁਛ ਵੀ ਹੋ ਰਿਹਾ ਆ ਮਤਲਬ ਉਹਨੂੰ ਬਿਲਕੁਲ ਕਲੀਨ ਕਰਨਾ ਚਾਹੀਦਾ ਕਬੱਡੀ ਨੂੰ ਸੋ ਪਰ ਨਾਲ ਦੀ ਨਾਲ ਇਹ ਹੈ ਕਿ ਉਹਨਾਂ ਨੂੰ ਬਦਨਾਮ ਕਰਕੇ ਨਹੀਂ ਕਿ ਉਹਨਾਂ ਨੂੰ ਸਮਝਾ ਕੇ ਕਰੀਏ ਅਸੀਂ ਆਪਣੇ ਬੱਚੇ ਵੀ ਜੇ ਸਾਡੇ ਕੋਈ ਗਲਤੀ ਕਰਦੇ ਅਸੀਂ ਸਮਝਾਉਂਦੇ ਹਾਂ ਉਹਨਾਂ ਨੂੰ ਸੋ ਇੱਦਾਂ ਉਹ ਵੀ ਸਾਡੇ ਬੱਚੇ ਹੀ ਆ ਜੀ ਸੋ ਉਹਨਾਂ ਨੂੰ ਕਿਉਂ ਨਹੀਂ ਅਸੀਂ ਸਮਝਾ ਸਕਦੇ ਹੈਗੇ ਰਾਦਰ ਦੈਨ ਕਿ ਅਸੀਂ ਉਹਨਾਂ 'ਤੇ ਚਿੱਕੜ ਸੁੱਟੀਏ ਇਸ ਵਾਰੀ ਖਾਸ ਤੌਰ ਤੇ ਟੂਰਨਾਮੈਂਟ ਨੂੰ ਲੈ ਕੇ ਕੋਈ ਖਾਸ ਅਪੀਲ ਹੈ ਕਿਉਂਕਿ ਅਕਸਰ ਇਹ ਹੁੰਦਾ ਹੈ ਕਿ ਕਬੱਡੀ ਟੂਰਨਾਮੈਂਟਸ ਦੀ ਬਹੁਤ ਜ਼ਿਆਦਾ ਵੇਟ ਹੁੰਦੀ ਹੈ ਤੇ ਆਲੇ ਦੁਆਲੇ ਤੋਂ ਵੀ ਜੀਟੀਏ ਤੋਂ ਬਹੁਤ ਸਾਰੇ ਲੋਕ ਜੀਟੀਏ ਨਹੀਂ ਓਨਟਾਰੀਓ ਦੇ ਵੱਖ ਵੱਖ ਹਿੱਸਿਆਂ ਤੋਂ ਬਾਹਰੋਂ ਵੀ ਬਹੁਤ ਸਾਰੇ ਕੈਨੇਡਾ ਤੋਂ ਲੋਕੀ ਆਉਂਦੇ ਨੇ ਵਿੱਚ ਦੇਖਦੇ ਨੇ ਕਬੱਡੀ ਟੂਰਨਾਮੈਂਟਸ ਦੇ ਵਿੱਚ ਦਰਸ਼ਕ ਵਜੋਂ ਪ੍ਰਸ਼ੰਸਕ ਵਜੋਂ ਉੱਥੇ ਪਹੁੰਚਦੇ ਨੇ ਕੋਈ ਖਾਸ ਮੈਸੇਜ ਉਹਨਾਂ ਨੂੰ ਜਿਹੜੇ ਉੱਥੇ ਅਟੈਂਡ ਕਰਨਾ ਚਾਹੁੰਦੇ ਨੇ ਤਾਂ ਕਿ ਉੱਥੇ ਇੱਕ ਵਧੀਆ ਸਾਫ ਸੁਥਰਾ ਮਾਹੌਲ ਬਣਾਇਆ ਜਾ ਸਕੇ ਹਾਂਜੀ ਇਹ ਜਿਹੜਾ ਅੰਟਾਰੀਓ ਦਾ ਟੂਰ ਕਬੱਡੀ ਆਈ ਇਹ ਵੈਸੇ ਦੁਨੀਆ ਦੇ ਵਿੱਚ ਸਭ ਤੋਂ ਇਹਨੂੰ ਭਾਰੀ ਕਬੱਡੀ ਮੰਨਿਆ ਗਿਆ ਇਹ ਪਲੇਅਰ ਵੀ ਇਸ ਗੱਲ ਨੂੰ ਮੰਨਦੇ ਵੀ ਜਿਹੜਾ ਬੰਦਾ ਟੋਰਾਂਟੋ ਖੇਡ ਗਿਆ ਉਹ ਕਿਤੇ ਵੀ ਖੇਡ ਸਕਦਾ ਸੋ ਇਸ ਵਾਰ ਟੀਮਾਂ ਜ਼ਿਆਦਾ ਭਾਰੀਆਂ ਬਣੀਆਂ ਆ ਕੋਈ ਐਸਾ ਪਲੇਅਰ ਸਟਾਰ ਪਲੇਅਰ ਇੱਦਾਂ ਦਾ ਹੈ ਨਹੀਂ ਦੁਨੀਆ ਦਾ ਜਿਹੜਾ ਬਈ
जिहदे कोल वीज़ा मिल गया होवे जां उहदे कोल उह पहुँच सकदा होवे तो ना पहुँचे। सो देख लो जी 10-7 टीमां आ ते 12-7 कल्ले कल्ले टीम दे कोल 12-12 प्लेयर आ। सो आलमोस्ट 84 प्लेयर इत्थे खेडणे आ। ਤਾਂ ਮੈਂ ਤਾਂ ਬੇਨਤੀ ਕਰੂੰ ਕਬੱਡੀ ਦੇ ਜਿੰਨੇ ਕਬੱਡੀ ਪ੍ਰੇਮੀ ਆ, ਪਹਿਲਾ ਟੂਰਨਾਮੈਂਟ ਆ ਸੀਜ਼ਨ ਦਾ, ਸੋ ਇਹਨੂੰ ਵੱਧ ਤੋਂ ਵੱਧ ਪਹੁੰਚ ਕੇ ਦਰਸ਼ਕ ਆਪਣਾ ਕਬੱਡੀ ਦਾ ਆਨੰਦ ਮਾਣਨ, ਜੋ ਉੱਥੇ ਲੱਗੇ ਆ ਸਟੇਡੀਅਮ ਦੇ ਵਿੱਚ ਜੋ ਸੀਟਾਂ ਲੱਗੀਆਂ ਉਹਨਾਂ 'ਤੇ ਬੈਠ ਕੇ ਆਪਣਾ ਕਬੱਡੀ ਦਾ ਆਨੰਦ ਮਾਣਨ, ਬੈਠ ਕੇ ਦੇਖਣ, ਵਧੀਆ ਹੋਊਗਾ। ਅਸੀਂ ਅੱਗੇ ਵੀ ਸਾਡਾ ਹੈਗਾ ਮੈਟਰੋ ਪੰਜਾਬੀ ਸਪੋਰਟਸ ਕਲੱਬ ਵੱਲੋਂ, ਅਸੀਂ ਗਰਾਊਂਡ ਦੇ ਵਿੱਚ ਬਾਹਲੇ ਪ੍ਰਬੰਧਕਾਂ ਨੂੰ ਫਿਰ ਨਹੀਂ ਦਿੰਦੇ, ਗਰਾਊਂਡ ਦੇ ਵਿੱਚ ਬਿਲਕੁਲ ਗਰਾਊਂਡ ਖਾਲੀ ਹੋਊਗੀ, ਕਬੱਡੀ ਪਲੇਅਰ ਹੋਣਗੇ, ਰੈਫਰੀ ਅਤੇ ਕੋਚ ਮੈਨੇਜਰ, ਦੈਟਸ ਇਟ। ਹੋਰ ਕੋਈ ਵੀ ਵਾਧੂ ਚਾਹੇ ਉਹ ਸਾਡੇ ਕਲੱਬ ਦਾ ਅਤੇ ਚਾਹੇ ਉਹ ਕਿਸੇ ਹੋਰ ਦਾ ਵੀ, ਉਹ ਅਸੀਂ ਗਰਾਊਂਡ ਦੇ ਵਿੱਚ ਉਹਨਾਂ ਨੂੰ ਨਹੀਂ ਜਾਣ ਦੇਵਾਂਗੇ, ਤਾਂ ਕਿ ਕਬੱਡੀ ਦੇਖਣ ਵਾਲਿਆਂ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਕਬੱਡੀ ਦੱਸ ਸਕੇ। ਜੀ ਬਲਰਾਜ ਜੀ, ਮੈਂ ਤੁਹਾਨੂੰ ਪੁੱਛਾਂ ਤਾਂ ਇਸ ਵਕਤ ਪਲੇਅਰਸ ਨੂੰ ਲੈ ਕੇ ਕਿੰਨਾ ਕੁ ਹੈਗਾ ਕਿ ਕਿਹੜੀ ਟੀਮ ਜੇਤੂ ਹੋਗੀ, ਉਹਨੂੰ ਇਨਾਮ ਦਾ ਕੀ ਸਿਸਟਮ ਹੋਏਗਾ, ਕਿੰਨਾ ਕੁ ਇਨਾਮ ਦਿੱਤਾ ਜਾਏਗਾ ਜੇਤੂ ਟੀਮ ਨੂੰ? ਇਨਾਮ ਜੀ ਆਲਵੇਜ਼ ਹੁੰਦਾ ਆ, ਜਿਹੜਾ ਫਸਟ ਪ੍ਰਾਈਜ਼ ਹੁੰਦਾ ਆ ਉਹ $4,100 ਹੁੰਦਾ, $5,100 ਸੈਕਿੰਡ ਆ ਜਿਹੜਾ ਉਹ $4,100 ਹੁੰਦਾ ਜੀ। ਸੋ ਪਲੇਅਰ ਆ ਜਿਹੜੇ ਆਲਰੇਡੀ ਕਾਫੀ ਪਲੇਅਰ ਆ ਜਿਹੜੇ ਪਲੇਨ ਦੇ ਵਿੱਚ ਇਸ ਟਾਈਮ ਬੈਠੇ ਆ, ਅਤੇ ਇੱਕ ਮੇਰਾ ਖਿਆਲ ਕੱਲ੍ਹ ਤੱਕ ਕਾਫੀ ਪਲੇਅਰ ਆ ਜਿਹੜੇ ਉਹ ਪਲੇਨ ਦੇ ਵਿੱਚ ਬੈਠ ਜਾਊਗੇ। ਸੋ ਆਪਣੇ ਕੋਲ ਹੋਪਫੁਲੀ ਥਰਸਡੇ ਸ਼ਾਮ ਜਾਂ ਫਰਾਈਡੇ ਮਾਰਨਿੰਗ ਤੱਕ ਸਾਰੇ ਪਲੇਅਰ ਆ ਜਾਣੇ ਆ। ਤਾਂ ਜੀ ਇਸ ਵਾਰ ਪਹਿਲੀ ਵਾਰੀ ਹੋਇਆ ਕਿ ਇੱਕ ਤਾਂ ਪਲੇਅਰਾਂ ਨੂੰ ਸਾਰਿਆਂ ਨੂੰ ਵੀਜ਼ੇ ਪਹਿਲਾਂ ਮਿਲ ਗਏ ਆ, ਅਤੇ ਨੰਬਰ 2 'ਤੇ ਪਾਕਿਸਤਾਨ ਤੋਂ ਜਿਹੜੇ 10-12 ਪਲੇਅਰਾਂ ਨੂੰ ਵੀਜ਼ੇ ਆਲਰੇਡੀ ਲੱਗ ਚੁੱਕੇ ਆ ਔਰ ਉਹਨਾਂ ਦੇ ਪਾਸਪੋਰਟ ਮਿਲ ਗਏ, ਉਹਨਾਂ ਦੀ ਵੀ ਅੱਜ ਸ਼ਾਇਦ ਟਿਕਟਾਂ ਹੋ ਜਾਣੀਆਂ ਆ। ਸੋ ਪਾਕਿਸਤਾਨ ਤੋਂ ਵੀ ਇਸ ਵਾਰ 10-12 ਪਲੇਅਰ ਆ ਜਿਹੜੇ ਉਹ ਪਹਿਲਾਂ ਹੀ, ਨਹੀਂ ਤਾਂ ਯੂਜਲੀ ਕੀ ਹੁੰਦਾ ਕਿ ਟੂਰਨਾਮੈਂਟ ਸ਼ੁਰੂ ਹੋਇਆ ਅਤੇ ਤੀਜੇ ਚੌਥੇ ਟੂਰਨਾਮੈਂਟ ਤੱਕ ਉਹਨਾਂ ਦੇ ਵੀਜ਼ੇ ਅਪਰੂਵ ਹੁੰਦੇ ਆ, ਪਰ ਇਸ ਵਾਰ ਆਪਾਂ ਟੋਰਾਂਟੋ ਪ੍ਰੇਮੀ ਆ ਜਿਹੜੇ ਉਹ ਸਾਰੇ ਲੱਕੀ ਆ ਕਿ ਉਹਨਾਂ ਦੇ ਵੀਜ਼ੇ ਆਲਰੇਡੀ ਅਪਰੂਵ ਹੋ ਗਏ ਆ। ਸੋ ਕੱਲ ਤੱਕ ਉਹ ਵੀ ਪਲੇਨ 'ਚ ਬੈਠਣੇ ਸ਼ੁਰੂ ਹੋ ਜਾਣੇ, ਪਰਸੋਂ ਤੱਕ ਆਪਣੇ ਕੋਲ ਪਹੁੰਚ ਜਾਊਗੇ ਜੀ। ਕੀ ਬਾਤ ਹੈ, ਸੋ ਮਤਲਬ ਪਾਕਿਸਤਾਨ ਦੇ ਪਲੇਅਰਸ ਨੂੰ ਵੀ ਅਸੀਂ ਨਾਲ ਦੇ ਨਾਲ ਕਲੱਬ ਦੇ ਵਿੱਚ ਉੱਥੇ ਰੇਡਾਂ ਪਾਉਂਦੇ ਹੋਏ ਦੇਖਾਂਗੇ। ਜੀ ਬਿਲਕੁਲ ਜੀ। ਸੋ ਥੋੜਾ ਜਿਹਾ ਇਹ ਵੀ ਜਾਣਕਾਰੀ ਦੇ ਦਿਓ, ਕਿੱਦਣ ਹੋ ਰਿਹਾ ਵਾ, ਕਿੱਥੇ ਹੋ ਰਿਹਾ ਵਾ, ਕਿੰਨੇ ਵਜੇ ਤੋਂ ਸ਼ੁਰੂ ਹੋਣਾ ਤੇ ਕਿੰਨੇ ਵਜੇ ਤੱਕ ਚੱਲੇਗਾ? ਜੀ ਜਿੱਦਾਂ ਕਿ ਪਹਿਲਾਂ ਵੀ ਦੱਸਿਆ ਕਿ ਇਹ ਆਪਣਾ 1984 ਅਤੇ ਨਾਲ ਦੀ ਨਾਲ ਸਾਰੇ ਸਮੂਹ ਸਿੱਖ ਸ਼ਹੀਦਾਂ ਨੂੰ ਅਤੇ ਸੰਦੀਪ ਨੰਗਲ ਅੰਬੀਆਂ ਨੂੰ ਸਮਰਪਿਤ ਹੋਣਾ ਆਪਣਾ ਜਿਹੜਾ 26th ਓਨਟੈਰੀਓ ਕਬੱਡੀ ਕੱਪ ਆ ਮੈਟਰੋ ਪੰਜਾਬੀ ਸਪੋਰਟਸ ਕਲੱਬ ਵੱਲੋਂ। ਪਹਿਲਾਂ ਉਹਦਾ ਨਾਂ ਹੁੰਦਾ ਸੀ ਜੀ ਪਾਵਰ ਏਡ ਸੈਂਟਰ, ਅਤੇ ਹੁਣ ਉਹਦਾ ਨਾਂ CAA ਸੈਂਟਰ ਆ। ਸੋ ਕਾਫੀ ਬੰਦਿਆਂ ਨੂੰ ਹਾਲੇ ਵੀ ਭੁਲੇਖਾ ਪੈ ਜਾਂਦਾ ਸੀ ਇਹ, ਕਿਉਂਕਿ ਰੀਸੈਂਟਲੀ ਨਾਮ ਚੇਂਜ ਹੋਇਆ ਸੀ 2 ਸਾਲ ਪਹਿਲਾਂ ਉਹਨਾਂ ਦਾ। ਸੋ ਉੱਥੇ ਇਹ ਬਾਹਰਲੀ ਜਿਹੜੀ ਕਬੱਡੀ ਦੀ ਗਰਾਊਂਡ ਆ ਉੱਥੇ ਹੋ ਰਿਹਾ ਔਰ ਬਿਲਕੁਲ ਫਰੀ ਹੋ ਰਿਹਾ ਜੀ, ਕੋਈ ਟਿਕਟ ਨਹੀਂ ਇਹਦੀ ਰੱਖੀ ਹੋਈ। ਅਤੇ ਸੈਟਰਡੇ ਨੂੰ 3 ਜੂਨ ਨੂੰ ਸਵੇਰੇ ਪੂਰੇ 11 ਵਜੇ ਸ਼ੁਰੂ ਹੋ ਜਾਣੇ ਆ ਜੀ ਮੈਚ, ਅਤੇ ਸ਼ਾਮ ਨੂੰ ਸਾਡੀ ਕੋਸ਼ਿਸ਼ ਇਹ ਆ ਕਿ 7:30-8 ਦੇ ਵਿੱਚ ਅਸੀਂ ਟੂਰਨਾਮੈਂਟ ਦਾ ਜਿਹੜਾ ਫਾਈਨਲ ਮੈਚ ਹੈ ਉਹ ਕਰਵਾ ਦਈਏ ਜੀ। ਲਾਸਟ ਟਾਈਮ ਜਦੋਂ ਆਪਾਂ ਇੰਟਰਵਿਊ ਕੀਤੀ ਸੀ, ਆਈ ਡੋਨਟ ਨੋ ਕਿ ਤੁਸੀਂ ਨੀਚੇ ਕਮੈਂਟਸ ਦੇਖੇ ਜਾਂ ਨਹੀਂ ਦੇਖੇ, ਪਰ ਨੀਚੇ ਕੁੜੀਆਂ ਨੇ ਖਾਸ ਤੌਰ ਤੇ ਕਮੈਂਟ ਕੀਤੇ ਹੋਏ ਸੀ ਵੀ ਮੁੰਡਿਆਂ ਨੂੰ ਤਾਂ ਓਪਰਚੁਨਿਟੀ ਮਿਲ ਜਾਂਦੀ ਆ, ਕੁੜੀਆਂ ਦੀਆਂ ਟੀਮਾਂ ਕਦੋਂ ਬਣਨਗੀਆਂ? ਕੁੜੀਆਂ ਦੀ ਟੀਮਾਂ ਵੀ ਐਕਚੁਅਲੀ ਨਾ, ਇੱਕ ਤੁਹਾਨੂੰ ਹੋਰ ਗੁੱਡ ਨਿਊਜ਼ ਦੇ ਦਿੰਦੇ, ਅਸੀਂ ਮੈਟਰੋ ਪੰਜਾਬੀ ਸਪੋਰਟਸ ਕਲੱਬ ਨਾ ਪੀਲ ਡਿਸਟ੍ਰਿਕਟ ਸਕੂਲ ਬੋਰਡ ਦੇ ਨਾਲ ਅਸੀਂ ਟਾਈ ਅਪ ਕੀਤਾ ਆ। ਅਗਲੇ ਸਾਲ ਤੋਂ ਤੁਹਾਨੂੰ ਉਹ ਵੀ ਤੁਹਾਡੀ ਸ਼ਿਕਾਇਤ ਦੂਰ ਕਰ ਦਿਆਂਗੇ, ਉਹ ਪੂਰਾ ਸੀਜ਼ਨ ਉਹ ਅਸੀਂ ਉਹਨਾਂ ਨੂੰ ਟ੍ਰੇਨਿੰਗ ਪ੍ਰੋਵਾਈਡ ਕਰਾਵਾਂਗੇ, ਉਹਨਾਂ ਦੇ ਕੋਚਿਸ ਨੂੰ ਟ੍ਰੇਨਡ ਕਰਾਂਗੇ, ਉਹ ਫਿਰ ਸਕੂਲਾਂ ਦੇ ਵਿੱਚ ਟ੍ਰੇਨਡ ਕਹੂਗੇ, ਤਾਂ ਕਿ ਆਪਾਂ ਜਿਹੜੀ ਇੱਥੇ ਲੋਕਲ ਕਬੱਡੀ ਆ ਉਹਨੂੰ ਵੀ ਕਰੀਏ, ਉਹਦੇ ਵਿੱਚ ਮੁੰਡਿਆਂ ਦੀਆਂ ਹਾਈ ਸਕੂਲ ਵਾਲੇ ਮੁੰਡੇ ਅਤੇ ਹਾਈ ਸਕੂਲ ਵਾਲੀਆਂ ਕੁੜੀਆਂ ਦੀਆਂ ਟੀਮਾਂ ਹੋਣਗੀਆਂ ਔਰ ਉਹਨਾਂ ਦਾ ਇੱਕ ਸਪੈਸ਼ਲ ਟੂਰਨਾਮੈਂਟ ਵੀ ਕਰਵਾਇਆ ਜਾਊਗਾ। ਉਹ ਅਸੀਂ ਆਲਰੇਡੀ ਕੰਮ ਸ਼ੁਰੂ ਕਰ ਦਿੱਤਾ ਆ, ਕਈ ਵਾਰੀ ਹੁੰਦਾ ਕਿ ਕਿਸੇ ਚੀਜ਼ ਵਿੱਚ ਲੇਹ ਹੋ ਜਾਂਦੀ ਆ, ਪਰ ਉਹਦੇ ਤੇ ਵਰਕ ਹੋ ਰਿਹਾ ਹੈ ਜੀ। ਜਿਹੜੇ ਦਰਸ਼ਕ ਇਸ ਵਕਤ ਤੁਹਾਨੂੰ ਦੇਖ ਰਹੇ ਨੇ, ਸੁਣ ਰਹੇ ਨੇ, ਉਹਨਾਂ ਨੂੰ ਕੀ ਕਹਿਣਾ ਚਾਹੁੰਦੇ? ਇਹੀ ਕਹਿਣਾ ਚਾਹੁੰਦੇ ਆ ਜੀ, ਸਾਡੇ ਵੱਲੋਂ ਤਿਆਰੀਆਂ ਫੁੱਲਿਆ ਅਤੇ ਤੁਸੀਂ ਵੀ ਸੈਚਰਡੇ ਨੂੰ ਪਹੁੰਚੋ, ਸਾਡਾ ਵੀ ਹੌਸਲਾ, ਜਦੋਂ ਦਰਸ਼ਕ ਆਉਂਦੇ ਸਾਡਾ ਵੀ ਹੌਸਲਾ ਹੋਰ ਵੱਧ ਜਾਂਦਾ ਆ, ਅਸੀਂ ਵੀ ਵੱਧ ਚੜ੍ਹ ਕੇ ਕੰਮ ਕਰੀਦਾ, ਕਿਉਂਕਿ ਤਾਂ ਜੀ ਸਾਰਾ ਵਲੰਟੀਅਰ ਵਰਕ ਹੀ ਆ, ਅਸੀਂ ਆਪਣਾ ਕੰਮ ਛੱਡਦੇ ਹਾਂ, ਪੈਸੇ ਇਕੱਠੇ ਕਰਦੇ ਹਾਂ, ਪਲੇਅਰਾਂ ਨੂੰ ਸਾਂਭਣਾ, ਸੋ ਫਿਰ ਸਾਡਾ ਵੀ ਹੌਸਲਾ ਤਾਂ ਹੀ ਬਣਦਾ ਜੇ ਦਰਸ਼ਕ ਆਉਂਦੇ ਆ ਹਮ ਹਮਾ ਕੇ ਜੀ। ਕਹਿੰਦੇ ਸਪਾਂਸਰਸ ਬਿਨਾਂ ਵੀ ਕੋਈ ਜਿਹੜਾ ਹੁੰਦਾ ਆ ਪ੍ਰੋਗਰਾਮ ਹੁੰਦਾ ਅਧੂਰਾ ਹੁੰਦਾ ਆ, ਸਪਾਂਸਰਸ ਦਾ ਕਿੰਨਾ ਕੁ ਸਾਥ ਮਿਲਦਾ? ਦੇਖੋ ਜੀ, ਇਕੱਲੇ ਸਪਾਂਸਰ ਹੀ ਨਾਲ ਅਸੀਂ ਮੀਡੀਆ ਵੀ ਜੁੜਿਆ ਹੋਇਆ ਹੈ ਨਾ, ਅਤੇ ਸਪਾਂਸਰਸ, ਮੀਡੀਆ, ਅਸੀਂ ਔਰਗੇਨਾਈਜ਼ਰ ਹਾਂ, ਪਲੇਅਰ ਹਾਂ, ਇਹਨਾਂ ਦੀ ਇਕੱਠਿਆਂ ਦੀ ਇੱਕ ਕੜੀ ਬਣਦੀ ਆ ਜੀ। ਸੋ ਸਪਾਂਸਰ ਬਹੁਤ ਹੀ ਵੱਧ ਚੜ੍ਹ ਕੇ ਹਿੱਸਾ ਪਾਉਂਦੇ ਆ, ਅਤੇ ਇਸ ਵਾਰ ਵੀ ਬਹੁਤ ਮਤਲਬ ਸਪਾਂਸਰ ਸਾਨੂੰ ਬਹੁਤ ਵਧੀਆ ਰਿਸਪੋਂਸ ਮਿਲਿਆ, ਅਤੇ ਨਾਲ ਦੀ ਨਾਲ ਅਸੀਂ ਮੀਡੀਆ ਦਾ ਵੀ ਧੰਨਵਾਦ ਕਰਦੇ ਹਾਂ ਕਿ ਜਦੋਂ ਵੀ ਅਸੀਂ ਟਾਈਮ ਮੰਗੀ ਦਾ ਸਾਨੂੰ ਉਦੋਂ ਹੀ ਟਾਈਮ ਮਿਲ ਜਾਂਦਾ ਆ। ਸੋ ਇਹ ਅੱਜ ਤੋਂ ਨਹੀਂ, ਇਹ 1991 ਤੋਂ ਹੀ, ਜਦੋਂ ਤੋਂ ਕੈਨੇਡਾ ਕਬੱਡੀ ਕੱਪ ਸ਼ੁਰੂ ਹੋਇਆ ਉਦੋਂ ਤੋਂ ਸਾਰਿਆਂ ਦਾ ਇੱਕ ਸੁਮੇਲ ਬਣਿਆ ਹੋਇਆ ਹੈ ਜੀ। ਸਰ ਅਖੀਰ 'ਚ ਕੁਛ ਕਹਿਣਾ ਚਾਹੁੰਦੇ ਤੁਸੀਂ? ਜੀ, ਮੈਂ ਇਹੀ ਕਹਿਣਾ ਚਾਹੁੰਦਾ ਜੀ ਕਿ ਹਮ ਹਮਾ ਕੇ ਜੋ ਪਹਿਲਾ ਇਹ ਟੂਰਨਾਮੈਂਟ ਆ ਸੀਜ਼ਨ ਦਾ ਸ਼ੁਰੂ ਕਬੱਡੀ ਹੋ ਰਹੀ ਕੈਨੇਡਾ ਦੀ,
सो हम आगे पहुँचन जिदा तुम कुड़िया की टीमों की गल की जिदा हम काफ़ी बच्चे इतने आए आ अगर कुड़िया टेस्टड हो कई उ कुड़िया मतलब कबड्डी खेड दी भी आई हैं। हाँ जी अगर हो सू बड़ी खुशी होगी सू अप्रोच कर जो टीम बन सकती हो दो टीम किस तरीके बन सकती हो वी विल बी हैप्पी सो उन्होंने भी टाइम दिता जाऊगा जे ऐतकी नहीं तो अगले साल तो बेशक कर लें जिस तरह भी हो साड़ी पूरी कोशिश होगी अं हम बेनती करते हैं सारे जे कबड्डी प्रेमी हाँ सो मेट्रो पंजाबी स्पोर्ट क्लब वालों पहला टूरनामेंट करवाया जा रहा है सीजन का सो हम हमा के सारे पहुँचो तो कि उत्थे साडा साथ दिओ कबड्डी नूं प्रमोट कीते जाए। कोई खास हदायतां तां नहीं हैगियां जिन्होंने वेखण आउणा है कि वी आ सकदे आ ओपन टाइम होएगा या जिन्होंने टिकट्स लैणियां ने कित्थों किवें लै सकदे नहीं जी कोई टिकट कोई टिकट बिल्कुल फ्री आ जी हां अपनी पार्किंग जरूर देख के उत्थे लाओ जिथे पार्क तुसीं कर सकदे आ इह हदायतां आ ते अंदर आ के मतलब बड़े प्यार दे नाल जिथे जिथे जगह मिलदी उत्थे बैठ के तो कबड्डी देखी जाए साड़ी पूरी कोशिश होगी ग्राउंड बिल्कुल क्लीन मिलेगी ग्राउंड कल्ले कबड्डी प्लेयर ते रैफरी ते साडे कोच साहिबान ही होंगे होर कोई नहीं होगा सो इस करके अं बेनती करते हैं कि जरूर पहुँचो और कबड्डी नूं हलारा दिओ पहला टूरनामेंट आ सीजन का कबड्डी शुरू हो रही है सो सारे थैंक यू सो मच।